ਇੱਥੇ ਸਾਡੀ ਗੱਡੀ ਲਿਆ ਕੇ ਪੁਲਿਸ ਨੇ ਰੋਕ ਦਿੱਤੀ ਹੈ। ਇਸ ਤੋਂ ਅੱਗੇ ਜਾਣ ਨਹੀਂ ਦਿੰਦੇ ਕਿਉਂਕਿ ਅੱਗੇ ਸਾਰਾ ਆਦਿਵਾਸੀ ਰਹਿੰਦੇ ਨੇ, ਟ੍ਰਾਈਬਲ ਏਰੀਆ, ਅਤੇ ਇੱਕ ਗੱਡੀ ਹੁਣ ਪੁਲਿਸ ਦੀ ਅੱਗੇ ਜਾਊ, ਇੱਕ ਪਿੱਛੇ ਜਾਊ, ਫਿਰ ਇੱਥੋਂ ਸਾਨੂੰ ਅੱਗੇ ਜਾਣ ਦੇਣਗੇ। ਅਗਰ ਕਿਸੇ ਕਾ ਗਾੜੀ ਖਰਾਬ ਹੋ ਜਾਏ ਰਸਤੇ ਮੇਂ ਤੋ ਰਿਸਕ ਹੈ, ਉਹ ਮਤ ਲਾਸਟ ਮੇਂ ਜੋ ਪੁਲਿਸ ਗਾੜੀ ਵਗੈਰਾ ਜਾਏਗਾ ਤੋ ਉਨਕੋ ਕੈਚ ਕਰਕੇ ਲੈ ਜਾਏਗੀ, ਜਾਂ ਤੋ ਗਾੜੀ ਖੜਾ ਕਰਕੇ ਆਉਣਾ ਪੜੇਗਾ। ਅੱਛਾ, ਹਮ ਗਾੜੀ ਵੈਸਾ ਛੋੜ ਨਹੀਂ ਸਕਤੇ, ਬਰਦਾਸ਼ਤ ਨਹੀਂ ਕਰਦੇ। ਜਿਵੇਂ ਅਸੀਂ 7:58 ਤੇ ਇੱਥੇ ਆ ਗਏ ਤੇ ਸਾਨੂੰ 9 ਵਜੇ ਤੋਂ ਲੰਘਣ ਦਿੱਤਾ ਜਾਊਗਾ। ਹੁਣ 1 ਘੰਟੇ ਦਾ ਸਾਡਾ ਵੇਟ ਹੈ ਤੇ ਅਸੀਂ ਕੁਛ ਇੱਥੇ ਖਾਣੇ ਪੀਣੇ। ਸਵੇਰ ਦੇ 6 ਵਜੇ ਹੋਏ ਆ ਅਤੇ ਅਸੀਂ ਅੱਜ ਟਰੈਵਲ ਕਰ ਰਹੇ ਹਾਂ ਐਕਸਪੀਰੀਅੰਸ ਅੰਡਾਮਾਨਸ ਦੇ ਨਾਲ, ਅਤੇ ਅਸੀਂ ਅੱਜ ਇੱਥੋਂ ਜਾ ਰਹੇ ਹਾਂ ਬਾਰਾਤੰਗ। ਬਾਰਾਤੰਗ ਇੱਥੋਂ ਹੈਗਾ ਨੀਅਰ ਅਬਾਊਟ 100 ਕਿਲੋਮੀਟਰ, ਅਤੇ ਸਾਡੇ ਨਾਲ ਜਿਹੜਾ ਅੱਜ ਦਾ ਸਫ਼ਰ ਕਰਨਗੇ ਉਹ ਹੈ ਲਵਜੋਤ। ਇਹਨੂੰ ਤਾਂ ਤੁਸੀਂ ਹਰ ਵਲੋਗ 'ਚ ਆਲਮੋਸਟ ਦੇਖੇਗਾ, ਅਤੇ ਇਹ ਸਾਡੇ ਨਾਲ ਜਾਊਗਾ ਅਤੇ ਨਾਲ ਇਹ ਆਪਣਾ ਨਾਮ ਕਿਆ ਹੈ ਜੀ? ਭੁਵਨੇਸ਼ਵਰ। ਆਪ ਡਰਾਈਵ ਕਰੋਗੇ? ਹਾਂ, ਇਹ ਬਾਈ ਡਰਾਈਵ ਕਰਨਗੇ, ਆਪਾਂ ਨੂੰ ਨਾਲ ਲੈ ਕੇ ਜਾਣਗੇ। ਅਤੇ ਸੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦਾ ਸਫ਼ਰ। ਪਿਛਲੇ ਕਈ ਦਿਨਾਂ ਤੋਂ ਆਪਾਂ ਘੁੰਮ ਰਹੇ ਸੀਗੇ ਸਾਊਥ ਅੰਡੇਮਾਨ, ਅਤੇ ਅੱਜ ਆਪਾਂ ਚੱਲੇ ਹਾਂ ਨੌਰਥ ਅੰਡੇਮਾਨ ਨੂੰ, ਜਿਹਦੇ ਵਿੱਚ ਡਿਗਲੀਪੁਰ ਆ ਜਾਂਦਾ, ਮਾਇਆ ਬੰਦਰ ਆ ਜਾਂਦਾ। ਫਾਈਨਲੀ ਅੱਜ ਅਸੀਂ ਦੇਖਣ ਜਾ ਰਹੇ ਹਾਂ ਇੱਥੋਂ ਦੇ ਆਦਿਵਾਸੀ ਲੋਕਾਂ ਨੂੰ। ਇਹ ਕਾਰ 'ਚ ਜਾਂਦੇ ਜਾਂਦੇ ਅਸੀਂ ਇੱਕ ਫਾਰਮ ਭਰ ਰਹੇ ਹਾਂ, ਇਹ ਟ੍ਰਾਈਬਲ ਏਰੀਏ ਵਿੱਚੋਂ ਦੀ ਅਸੀਂ ਲੰਘਣਾ ਸਾਰਾ, ਅਤੇ ਅੱਗੇ ਜਾ ਕੇ, ਅਤੇ ਜਿਹਦੇ ਕਰਕੇ ਇਹ ਜਰਵਾ ਟ੍ਰਾਈਬਲ ਏਰੀਆ, ਰਿਜ਼ਰਵਡ ਏਰੀਆ, ਅਤੇ ਪੁਲਿਸ ਨੂੰ ਜਾਂ ਹੋਰ ਪ੍ਰਸ਼ਾਸਨ ਨੂੰ ਇਹ ਫਾਰਮ ਭਰ ਕੇ ਦੇਣਾ ਪੈਂਦਾ ਕਿ ਇਹ ਬੰਦੇ ਅਸੀਂ ਇੱਥੋਂ ਦੀ ਲੰਘਾਂਗੇ। ਅੰਡੇਮਾਨ ਦੀ ਰਾਜਧਾਨੀ ਪੋਰਟ ਬਲੇਅਰ ਤੋਂ ਅਸੀਂ 20 ਕਿਲੋਮੀਟਰ ਬਾਹਰ ਆਏ ਹਾਂ, ਅਤੇ ਚਾਰੇ ਪਾਸੇ ਸਾਡੇ ਜੰਗਲ ਆਉਣਾ ਹੁਣੇ ਸ਼ੁਰੂ ਹੋ ਗਿਆ। ਇੱਕ 1.5 ਘੰਟੇ ਦੇ ਸਫ਼ਰ ਬਾਅਦ ਹੁਣ ਅਸੀਂ ਪਹੁੰਚ ਗਏ ਹਾਂ ਜੀਰੀਆ ਟਾਂਗ, ਅਤੇ ਜੀਰੀਆ ਟਾਂਗ ਜਗ੍ਹਾ ਦਾ ਨਾਮ ਹੈ, ਇਹ ਐਵੇਂ ਦੀ ਕੁਛ ਜਗ੍ਹਾ ਹੈਗੀ, ਅਤੇ ਇੱਥੋਂ ਜਿਹੜਾ ਸਾਰਾ ਸ਼ੁਰੂ ਹੋ ਜਾਂਦਾ ਹੈ, ਦੋ ਬਾਅਦ 'ਚ ਟ੍ਰਾਈਬਲ ਏਰੀਆ ਸ਼ੁਰੂ ਹੋ ਜੂਗਾ। ਅਤੇ ਇੱਥੇ ਦੇਖੋ ਪੁਲਿਸ ਵਗੈਰਾ ਲੱਗੀ ਹੋਈ ਹੈ, ਅਤੇ ਇਸ ਤੋਂ ਅੱਗੇ ਗੱਡੀ ਜਾਊ ਜਿਹੜੀ ਸਾਡੀ ਕਾਨਵਾਈ 'ਚ ਜਾਊ। ਕਾਨਵਾਈ ਦਾ ਮਤਲਬ ਸਮਝਦੇ, ਮਤਲਬ ਇਕੱਠੀਆਂ ਗੱਡੀਆਂ ਜਾਣਗੀਆਂ, ਅਤੇ ਅੱਗੇ ਪੁਲਿਸ ਦੀ ਗੱਡੀ ਜਾਊ, ਪਿੱਛੇ ਪੁਲਿਸ ਦੀ ਗੱਡੀ ਜਾਊ, ਅਤੇ ਸਾਰਾ ਪੂਰੇ ਦਾ ਪੂਰਾ ਟ੍ਰਾਈਬਲ ਏਰੀਆ। ਅਤੇ ਇਕੱਲਾ ਬੰਦਾ ਇੱਥੋਂ ਟ੍ਰੈਵਲ ਕਰ ਹੀ ਨਹੀਂ ਸਕਦਾ, ਨਾ ਹੀ ਤੁਹਾਨੂੰ ਲੰਘਣ ਦੇਣ, ਪੁਲਿਸ ਅਲਾਓ ਹੀ ਨਹੀਂ ਕਰਦੀ ਇੱਥੋਂ ਜਾਣਾ। ਜਿਹੜਾ ਅਸੀਂ ਇੱਥੇ ਫੋਰਮ ਭਰਿਆ ਸੀ ਨਾ ਗੱਡੀ 'ਚ, ਉਹ ਵੀ ਇੱਥੇ ਸਬਮਿਟ ਹੋਣ ਲੱਗਿਆ। ਇਹ ਜਗ੍ਹਾ ਦਾ ਨਾਮ ਕਿਆ? ਜਿਰਗਾ ਟਾਂਗ, ਮੈਂ ਫਿਰ ਭੁੱਲ ਜਾਣਾ ਯਾਰ, ਔਖਾ ਜਿਹਾ ਨਾਮ। ਅਤੇ ਜਿਰਗਾ ਟਾਂਗ 'ਚ ਇੱਥੇ ਫੋਰਮ ਜਮ੍ਹਾਂ ਹੋਊਗਾ, ਅਤੇ ਪੁਲਿਸ ਨੂੰ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਊਗੀ ਕਿ ਕੌਣ ਕੌਣ ਅੱਗੇ ਜਾ ਰਿਹਾ, ਕਿੰਨੇ ਟਾਈਮ ਲਈ ਜਾ ਰਿਹਾ, ਅਤੇ ਉਹਦੇ 'ਚ ਸਾਰੀ ਡਿਟੇਲ ਭਰੀ ਜਾਂਦੀ, ਕਿੱਥੋਂ ਆਇਆ, ਆਧਾਰ ਕਾਰਡ ਨੰਬਰ। ਅੱਛਾ, ਤੁਹਾਨੂੰ ਇੱਕ ਗੱਲ ਇੱਥੇ ਹੋਰ ਦੱਸਦਾ ਵੀ ਜਿਹੜੇ ਆਈਲੈਂਡਰ ਨੇ, ਮਤਲਬ ਜਿਵੇਂ ਆਪਾਂ ਇੰਡੀਆ ਮੇਨਲੈਂਡ ਤੋਂ ਆਏ ਹਾਂ ਅਸੀਂ, ਤਾਂ ਜਿਹੜੇ ਇੱਥੋਂ ਦੇ ਰਹਿਣ ਵਾਲੇ ਲੋਕ ਹੈ ਨਾ, ਉਹਨਾਂ ਨੂੰ ਵੀ ਅਲਾਓ ਨਹੀਂ ਕਰਦੇ ਇਹ, ਮਤਲਬ ਕੋਈ ਵੀ ਨਹੀਂ ਜਾ ਸਕਦਾ, ਉਹਨਾਂ ਦੀ ਇੰਨੀ ਸਿਕਿਉਰਿਟੀ ਅਤੇ ਸੇਫਟੀ ਰੱਖੀ ਹੋਈ ਹੈ। ਭਾਵੇਂ ਤੁਸੀਂ ਕਹੋ, ਹਾਂ ਇੱਕ ਤਰ੍ਹਾਂ ਨਾਲ ਆਪਾਂ ਟ੍ਰਾਈਬਲ ਏਰੀਏ ਦੀ ਕਹਿ ਸਕਦੇ ਹਾਂ ਨਾ, ਉਹਨਾਂ ਦੀ ਮਤਲਬ ਪ੍ਰਾਈਵੇਸੀ ਨੂੰ, ਉਹਨਾਂ ਦੀ ਰਿਸਪੈਕਟ ਹੈ ਇਹ, ਇੱਕ ਵੀ ਪੁਲਿਸ ਨਾਲ ਜਾਂਦੀ ਹੈ, ਅਤੇ ਕਿਸੇ ਨੂੰ ਅੱਗੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਕੁਛ ਵੀ ਅਲਾਊਡ ਨਹੀਂ ਹੈਗੇ। 50,000 ਰੁਪਏ ਦਾ ਫਾਈਨ ਆ, 25 ਦਾ ਪਤਾ ਨਹੀਂ, 50 ਦਾ ਦੱਸਦੇ ਸੀਗੇ, ਜੇ ਇਸ ਤੋਂ ਅੱਗੇ ਕੋਈ ਬੰਦਾ ਕੈਮਰਾ ਯੂਜ਼ ਕਰੂਗਾ। ਇਹ ਅੱਗੇ ਜਾ ਕੇ ਆ ਗੇਟ ਲੱਗਿਆ ਹੋਇਆ ਜੀ, ਇਸ ਤੋਂ ਅੱਗੇ ਕੈਮਰਾ ਬੰਦ ਹੋ ਜਾਣਾ ਹੈਗਾ, ਅਤੇ ਇੱਥੇ ਆ ਪੁਲਿਸ ਸਟੇਸ਼ਨ ਵਗੈਰਾ ਵੀ ਬਣਿਆ ਹੋਇਆ ਹੈਗਾ, ਅਤੇ ਇੱਥੇ ਕਾਨਵਾਈਆਂ ਲੰਘਦੀਆਂ ਨੇ। ਕਾਨਵਾਈਆਂ ਮਤਲਬ ਗਰੁੱਪ 'ਚ ਲੈ ਕੇ ਜਾਂਦੇ ਨੇ, ਅਤੇ ਪਹਿਲੀ ਲੰਘਦੀ ਆ 6 ਵਜੇ, ਦੂਜੀ 9 ਵਜੇ, ਤੀਜੀ 12 ਵਜੇ, ਚੌਥੀ 3 ਵਜੇ। 3 ਵਜੇ ਉੱਧਰੋਂ ਮੁੜਨ ਵਾਲੀ ਵੀ ਲਾਸਟ ਹੈ, ਜੇ ਲਾਸਟ ਨਿਕਲੇ ਨਿਕਲੇ, ਨਹੀਂ ਜਿਹੜਾ ਉੱਧਰਲੇ ਪਾਸੇ ਦਾ ਏਰੀਆ ਹੈਗਾ ਟ੍ਰਾਈਬਲ ਏਰੀਏ ਤੋਂ ਬਾਹਰ, ਅਤੇ ਫਿਰ ਤੁਹਾਨੂੰ ਉੱਥੇ ਰਹਿਣਾ ਪੈਣਾ। ਇਹ 40-50 ਕਿਲੋਮੀਟਰ ਦਾ ਏਰੀਆ ਜਿਹੜਾ ਟ੍ਰਾਈਬਲ ਹੋਊਗਾ ਸਾਰਾ, ਅਤੇ 50 ਕਿਲੋਮੀਟਰ ਲਗਭਗ ਪੁਲਿਸ ਆਪਣੇ ਨਾਲ ਜਾਊ। ਇਹ ਜਗ੍ਹਾ ਦਾ ਨਾਮ ਆ ਹੈਗਾ ਜ਼ਿਕਰ ਤਾਂਗ, ਅਤੇ ਜੇ ਤੁਸੀਂ ਪਰਸਨਲੀ ਆਪ ਆਉਂਦੇ ਹੋ ਤਾਂ ਤੁਹਾਨੂੰ ਇੱਥੇ ਪਰਸਨਲੀ ਸਾਰੇ ਫੋਰਮ ਫੂਮ ਭਰ ਕੇ ਪਰਮਿਸ਼ਨ ਲੈਣੀ ਪਊ। ਜਿਵੇਂ ਅਸੀਂ ਤਾਂ ਇਹਨਾਂ ਅੰਡੇਮਾਨ ਐਕਸਪੀਰੀਅੰਸ ਅੰਡੇਮਾਨ ਨਾਲ ਆਏ ਹਾਂ, ਅਤੇ ਸਾਡਾ ਇਹ ਸਾਰਾ ਕੁਛ ਕਰਵਾ ਰਹੇ ਨੇ ਖੁਦ ਹੀ। ਅਤੇ ਸਰ 9 ਵਜੇ ਅਜੇ 8 ਵਜੇ ਨੇ, ਕਿੰਨੇ ਵੱਜ ਗਏ? ਜਿਵੇਂ ਅਸੀਂ 7:58 'ਤੇ ਇੱਥੇ ਆ ਗਏ ਅਤੇ ਸਾਨੂੰ 9 ਵਜੇ ਤੋਂ ਲੰਘਣ ਦਿੱਤਾ ਜਾਊਗਾ। ਹੁਣ 1 ਘੰਟੇ ਦਾ ਸਾਡਾ ਵੇਟ ਹੈ, ਅਤੇ ਅਸੀਂ ਕੁਛ ਇੱਥੇ ਖਾਣੇ ਪੀਣੇ ਹਾਂ। ਬਹੁਤ ਸਾਰੀਆਂ ਦੁਕਾਨਾਂ ਇੱਧਰਲੇ ਪਾਸੇ ਲੱਗੀਆਂ ਹੁੰਦੀਆਂ ਨੇ, ਅਤੇ ਸੁਪਰ ਮਾਰਕੀਟ ਹੈ ਇਹ, ਸਹੀ ਹੈ, ਪੰਜਾਬ ਘੁੰਮਿਆ ਲੱਗਦਾ। ਇਡਲੀ ਵੜਾ ਪੂਰੀ, ਅੱਛਾ ਰੋਟੀ ਵਗੈਰਾ ਵੀ ਦਿੱਤੇ ਹੋ ਕਿਆ? ਅੱਛਾ ਪੂਰੀ ਹੈ,
इडली है, वड़ा चटनी है। बाहर तो नहीं आएगा रास्ते में? आया नहीं बाहर, नहीं आएगा। इंडियन का माल है, इंडिया नेशनल पंजाब का माल है। बाहर आऊंगा जी, क्योंकि ना यार जंगल का रास्ता सी सारा जदों असीं आए। एक गड्डी स्पीड ते आई है थोड़ी, तां करके सानूं ऐ लगदा कुछ लाइट जां हल्का फुल्की खाइए, ज्यादा ना खाइए है ना। ਜਿਹੜੇ ਪਰੌਂਠੇ ਹੁੰਦੇ ਨਾ ਇਥੋਂ ਦੇ, ਤੇ ਪਰੌਂਠੇ ਦੇ ਚਪੇੜੇ ਲਾ ਲਾ ਇਹਨਾਂ ਨੂੰ, ਇਹ ਲੱਛੇ ਪਰੌਂਠੇ ਕਰ ਦਿੰਦੇ ਨੇ, ਐ ਲਾਉਂਦੇ ਇੱਥੇ। ਅੱਛਾ ਐਸਾ ਬਣ ਗਿਆ ਵੀ ਇਹ ਐਸਾ ਹੀ ਬਣ ਗਿਆ। ਹਾਂ ਠੀਕ ਹੈ ਠੀਕ ਹੈ। ਇਹੋ ਜੇ ਖਾਣੇ ਦਾਣੇ ਆ ਬਈ ਇਹ ਇਲਾਕੇ ਦੇ, ਤੇ ਆਹ ਪਰੌਂਠਾ ਇਹੋ ਜਿਹਾ ਕਰਕੇ ਦੇਤਾ ਇਹਨਾਂ ਨੇ ਸਾਨੂੰ ਹੁਣ। ਤੇ ਇਹ ਦੇਖੋ ਥਾਲੀ ਚ ਕਾਗਜ਼ ਧਰ ਕੇ ਦਿੰਦੇ ਆ ਯਾਰ, ਇਹ ਬਹੁਤ ਵਧੀਆ ਗੱਲ ਲੱਗੀ ਮੈਨੂੰ। ਤੇ ਇਹ ਕਾਗਜ਼ ਕੱਢ ਕੇ ਸਿੱਟ ਦੇਣਗੇ, ਤੇ ਇਹੋ ਜਿਹੇ ਢਾਬੇ ਆ। ਆਹ ਸਾਰਾ ਢਾਬੇ ਦਾ ਵਿਊ ਹੈਗਾ, ਇਹੋ ਜਿਹਾ ਖਾਣ ਪੀਣਾ ਹੈਗਾ। ਖੁਸ਼ੀ ਜਿਹੜਾ ਪਰੌਂਠਾ ਨਾ, ਮੈਨੂੰ ਇਹਦੀ ਸਭ ਤੋਂ ਵਧੀਆ ਗੱਲ ਪਤਾ ਕੀ ਲੱਗੀ ਹੈ, ਇਹਦਾ ਕੁੱਟ ਕੁੱਟ ਇਹਦਾ ਮੁੱਕੀਆਂ ਮਾਰ ਮਾਰ ਤੇਲ ਕੱਢਤਾ ਇਹਦਾ ਸਾਰਾ, ਜਮੀ ਓਇਲ ਹੀ ਨਹੀਂ ਰਿਹਾ ਯਾਰ। ਉਹ ਸਾਹਮਣੇ ਵਾਲੇ ਪਾਸੇ ਕੰਟੀਨਾਂ ਸੀਗੀਆਂ, ਢਾਬੇ ਕਹਿ ਸਕਦੇ ਜਾਂ ਖਾਣ ਪੀਣ ਦਾ ਸਾਡਾ ਹੋ ਗਿਆ, ਅਤੇ ਜਾਣ ਦਾ ਟਾਈਮ ਵੀ ਹੋ ਗਿਆ। ਤੁਸੀਂ ਇਹ ਦੇਖੋ ਸਾਹਮਣੇ ਵਾਲਾ ਏਰੀਆ ਸਾਰਾ ਉਹਨਾਂ ਦਾ ਹੈਗਾ, ਅਤੇ ਮੈਨੂੰ ਐਸੀ ਥੋੜ੍ਹਾ ਜਿਹਾ ਤੁਹਾਨੂੰ ਉੱਪਰ ਜਾ ਕੇ ਦਿਖਾ ਦਾਂ। ਅਤੇ ਅੱਗੇ ਯਾਰ ਤੁਸੀਂ ਦੇਖ ਲਓ ਪੁਲਿਸ ਉਹਨਾਂ ਦੀ ਰਿਸਪੈਕਟ ਕਰਦੀ ਹੈ, ਅਤੇ ਉਹਨਾਂ ਦੀ ਪਾਵਰ ਹੈ ਵੀ ਤੁਸੀਂ ਅੱਗੇ ਕੋਈ ਫੋਟੋ ਵੀਡੀਓ ਕੁਛ ਨਹੀਂ ਬਣਾ ਸਕੋਗੇ, ਠੀਕ ਹੈ। ਅਤੇ ਪੁਲਿਸ ਰਿਸਪੈਕਟ ਐਂ ਕਰਦੀ ਆ, ਮਤਲਬ ਉਹਨਾਂ ਦੀ ਇੱਜ਼ਤ ਦਾ, ਇੱਜ਼ਤ ਦਾ ਨਹੀਂ ਕਹਿ ਸਕਦਾ, ਉਹਨਾਂ ਦੀ ਇਮੇਜ ਦਾ ਖਿਆਲ ਰੱਖਿਆ ਜਾਂਦਾ, ਕਿਉਂਕਿ ਉਹ ਪ੍ਰਾਈਵੇਟ ਰਹਿਣਾ ਪਸੰਦ ਕਰਦੇ ਹੈ। ਅਤੇ ਇਹ ਕੌਣ ਸਾ ਆਏਗਾ ਵੀ ਹਮਕੋ ਆਗੇ ਟ੍ਰਾਈਬਲ, ਕੌਣ ਸਾ ਆਏਗਾ ਜੀ? ਜੁਰਬਾ ਜੁਰਬਾ ਟ੍ਰਾਈਬਲ ਹੈ। ਤੋ ਇਹ ਵੈਸੇ ਤੋਂ ਹਿਊਮਨ ਫਰੈਂਡਲੀ ਹੈ, ਨੋਰਮਲੀ 1-5% ਫਰੈਂਡਲੀ ਨਹੀਂ ਬੋਲ ਸਕਦੇ, ਥੋੜਾ ਬਾਤਚੀਤ। ਅੱਛਾ ਬਾਅਦ ਚ ਵੀ ਅਗਰ ਕਿਸੇ ਕਾ ਗਾੜੀ ਖਰਾਬ ਹੋ ਜਾਏ ਰਸਤੇ ਮੇ? ਤੋ ਰਿਸਕ ਹੈ, ਉਹ ਮੈਂ ਲਾਸਟ ਮੇ ਜੋ ਪੁਲਿਸ ਗਾੜੀ ਵਗੈਰਾ ਜਾਏਗਾ ਤੋ ਉਨਕੋ ਕੈਚ ਕਰਕੇ ਲੈ ਜਾਏਗੀ, ਯਾ ਤੋ ਗਾੜੀ ਖੜਾ ਕਰਕੇ ਆਨਾ ਪੜੇਗਾ। ਅੱਛਾ, ਹਮ ਗਾੜੀ ਵੈਸਾ ਛੋੜ ਨਹੀਂ ਸਕਤੇ, ਤੋ ਮਾਰਤੇ ਲੌਕ ਕਰਕੇ ਛੋੜਨਾ ਪੜੇਗਾ। ਜੈਸੇ ਜੇ ਆਦਿਵਾਸੀ ਏਰੀਆ ਸੇ ਹਮ ਜਾਏਂਗੇ ਆਗੇ, ਤੋ ਜੇ ਮਾਰਤੇ ਵਗੈਰਾ ਤੋ ਨਹੀਂ ਹੈ? ਨਹੀਂ ਮਾਰਤੇ ਤੋ ਨਹੀਂ ਹੈ ਫਿਲਹਾਲ। ਪਹਿਲੇ ਮਾਰਤੇ ਥੇ? ਕਿਤਨੇ ਸਾਲ ਪਹਿਲੇ? 25-30। ਹਾਂ ਮੈਨੇ ਵੀ ਐਸੀ ਸੁਣਾ ਥਾ। ਇਹ ਕਹਿੰਦੇ ਵੀ 2000 ਤੋਂ ਪਹਿਲਾਂ ਜਿਹੜੇ ਜਮੀ ਫਰੈਂਡਲੀ ਨਹੀਂ ਸੀ, ਜਿਹੜਾ ਇਹਨਾਂ ਦੇ ਇਲਾਕੇ ਵਿੱਚੋਂ ਦੀ ਇੱਥੋਂ ਲੰਘਦਾ ਸੀਗਾ, ਅਤੇ ਉਹਨੂੰ ਮਾਰ ਦਿੰਦੇ ਸੀਗੇ। ਅਤੇ ਕਿਉਂਕਿ ਬਰਦਾਸ਼ਤ ਨਹੀਂ ਕਰਦੇ ਸੀ ਆਪਦੇ, ਜਿਵੇਂ ਸ਼ੇਰ ਦਾ ਇੱਕ ਇਲਾਕਾ ਹੁੰਦਾ ਨਾ ਰਾਜ, ਉਹ ਹੁੰਦਾ ਵੀ ਆਹ ਮੇਰਾ ਇੰਨਾ ਏਰੀਆ, ਅਤੇ ਇਹਦਾ ਇਹਨਾਂ ਦਾ ਵੀ ਏਰੀਆ ਹੁੰਦਾ ਸੀਗਾ ਵੀ ਜਿਹੜਾ ਸਾਡੇ ਏਰੀਏ 'ਚ ਆ ਗਿਆ ਮਰ ਗਿਆ ਬਸ। ਅਤੇ ਹੁਣ ਥੋੜ੍ਹਾ ਜਿਹਾ ਕੰਮ ਸਹੀ ਹੋਇਆ ਗਾ, ਹੁਣ ਆਉਣ ਜਾਣ ਦਿੰਦੇ ਇਹ, ਅਤੇ ਸਿਕਿਉਰਿਟੀ ਕਰਕੇ ਪੁਲਿਸ ਸੇਫਟੀ ਕਰਕੇ ਪੁਲਿਸ ਨਾਲ ਲੰਘਾਉਂਦੀ ਹੈਗੀ, ਤਾਂ ਇਸ ਕਰਕੇ ਨਾਲ ਜਾਂਦੀ ਹੈ। ਸੋ ਹੁਣ ਸਾਡਾ ਟਾਈਮ ਹੋ ਗਿਆ, ਹੁਣ ਅੱਗੇ ਮੈਨੂੰ ਕੈਮਰਾ ਵੀ ਔਫ ਕਰਨਾ ਪੈਣਾਗਾ। ਜਿਹੜੇ ਇਹ ਟ੍ਰਾਈਵਲ ਏਰੀਏ 'ਚੋਂ ਅੱਜ ਅਸੀਂ ਲੰਘਾਂਗੇ ਨਾ, ਜੇ ਇਹਦੀਆਂ ਚੋਰੀ ਛੁਪੇ ਖਿੱਚੀਆਂ ਹੋਈਆਂ ਫੋਟੋਆਂ ਦੇਖਣੀ ਤਾਂ ਪੰਜਾਬੀ ਟ੍ਰੈਵਲ ਕਪਲ ਇਹਨਾਂ ਦੇ ਅਕਾਊਂਟ 'ਤੇ, ਖੁਸ਼ੀ ਦੇ ਅਕਾਊਂਟ ਆ ਉਹ, ਖੁਸ਼ੀ ਯੂਜ਼ ਕਰਦੀ ਹੈ, ਅਤੇ ਉਹਨਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਸਾਡੀਆਂ ਸੋਹਣੀਆਂ ਸੋਹਣੀਆਂ ਫੋਟੋਜ਼, ਅਸੀਂ ਖਿੱਚਾਂਗੇ ਜ਼ਰੂਰ ਅਤੇ ਪੋਸਟ ਕਰਾਂਗੇ। ਮੈਂ ਖਿੱਚਣੀਆਂ ਫੋਟੋਆਂ ਕੋਈ ਨਹੀਂ ਖਿੱਚਣੀਆਂ, ਮੈਂ ਜਾਣ ਕੇ ਕਹਿ ਰਿਹਾ। ਅੱਛਾ, ਸਾਡਾ ਜੇ ਤੁਸੀਂ ਲੇਟੈਸਟ ਅਪਡੇਟਸ ਦੇਖਣੀਆਂ, ਸਾਡੇ ਟੂਰ ਦੀਆਂ ਫੋਟੋਜ਼ ਪਾਉਂਦੇ ਰਹਿੰਦੇ ਹਾਂ, ਪੰਜਾਬੀ ਟ੍ਰੈਵਲ ਕਪਲ ਨੂੰ ਫੋਲੋ ਕਰੋ ਇੰਸਟਾਗ੍ਰਾਮ 'ਤੇ, ਅਤੇ ਉੱਥੇ ਕਈ ਵਾਰ ਕਹਿੰਦੇ ਨੇ ਵਲੌਗ ਲੇਟ ਆਉਂਦੇ ਆ, ਇਹਨੂੰ ਬਾਈ ਨੂੰ ਪਤਾ ਐਡੀਟਿੰਗ ਕਰਨੀ ਕਿੰਨੀ ਔਖੀ, ਐਡੀਟਿੰਗ ਬਹੁਤ ਮੁਸ਼ਕਿਲ ਕੰਮ ਹੈ। ਹਾਂ, ਅਤੇ 5-6 ਕਈ ਬੰਦੇ ਤਾਂ ਇਹ ਜਿਹੇ ਹੁੰਦੇ ਸਿੱਧੀ ਚੜ੍ਹਾ ਆਉਂਦੇ ਆ ਜੀ, ਮਤਲਬ ਆਪਾਂ ਥੋੜ੍ਹੀ ਜਿਹੀ ਐਡੀਟਿੰਗ ਵਗੈਰਾ ਥੋੜ੍ਹੀ ਜਿਹੀ ਵਧੀਆ ਮੈਂ ਕਰਦਾ ਹੁੰਦਾ, ਮੈਨੂੰ ਇਹ ਹੁੰਦਾ ਕੁਛ ਵੀ ਗਲਤ ਪੇਸ਼ ਨਾ ਹੋਵੇ, ਕਿਉਂਕਿ ਫਿਲਮਿੰਗ ਕਰਦੇ ਸਮੇਂ ਤਾਂ ਮੈਂ ਇੱਧਰ 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 ਕੁਛ ਵੀ ਬਣਾਈ ਜਾਂਦਾ ਹੈ ਨਾ, ਅਤੇ ਤਾਂ ਕਰਕੇ। ਹਾਂ, ਅਤੇ ਦੂਸਰੀ ਗੱਲ, ਇਹ ਬਾਈ ਸਾਹਿਬ ਦਾ ਚੈਨਲ ਹੈਗਾ ਲਵਜੋਤ ਸਿੰਘ ਵਲੌਗ, ਲਵਜੋਤ ਸਿੰਘ ਵਲੌਗਸ, ਡਿਸਕ੍ਰਿਪਸ਼ਨ 'ਚ ਮੈਂ ਲਿੰਕ ਪਾਊਂ। ਇਹ ਬਾਈ ਦਾ ਚੈਨਲ ਆਪਾਂ ਮੋਨੋਟਾਈਜ਼ ਕਰਾ ਕੇ ਹਟਣਾ ਹੈਗਾ, ਇਹਦਾ ਮੋਨੋਟਾਈਜ਼ ਨਹੀਂ ਹੋਇਆ। ਹਾਂ, ਬਸ ਤੇਰੀ ਹੈਲਪ ਹੋ ਗਈ ਯਾਰ, ਅੱਜ ਮੈਂ ਕਹਿਤਾ ਸਾਰੇ ਜਾਣੇ। ਇਹ ਪੰਜਾਬੀ ਬੰਦਾ ਹੈ, ਪੰਜਾਬ ਦਾ ਮੁੰਡਾ, ਅੰਡੇਮਾਨ 'ਚ ਰਹਿੰਦਾ ਹੈਗਾ, ਕਿਉਂਕਿ ਇਹਦੇ ਪੜਦਾਦਾ ਜੀ ਇੱਥੇ ਆਏ ਸੀਗੇ, ਅਤੇ ਇਹਦੇ ਚੈਨਲ ਨੂੰ ਤੁਸੀਂ ਜਾ ਕੇ ਦੇਖਿਓ ਇੱਕ ਵਾਰ ਯਾਰ, ਵੀਡੀਓਜ਼ ਪਾਉਂਦਾ ਰਹਿੰਦਾ ਅੰਡੇਮਾਨ ਦੀਆਂ, ਬਹੁਤ ਸੋਹਣੀਆਂ। ਤੇਰੀ ਸਾਈਕਲੋਨ, ਜੋ ਸਾਈਕਲੋਨ ਵਾਲੀ ਵੀਡੀਓ ਹੈ ਨਾ, ਬਹੁਤ ਸਭਸੇ ਅੱਛੀ ਲੱਗੀ ਥੀ ਮੁਝੇ ਪਰਸਨਲੀ। ਹੈਂ ਨਹੀਂ, ਪ੍ਰਮੋਸ਼ਨ ਕਿਆ ਯਾਰ, ਆਪ ਹਮਾਰੇ ਹਮਕੋ ਆਪਕੋ ਟਾਈਮ ਦੇ ਰਹੇ ਹੋ, ਹਮ ਆਪ। ਹਾਂ ਹਾਂ, ਬਸ ਉਹਨੇ ਬੋਲ ਦਿਆ ਜੋ ਬੋਲਣਾ ਥਾ। ਅਤੇ ਯੂਟਿਊਬ ਇੰਸਟਾਗ੍ਰਾਮ ਦੋਨਾਂ ਨੂੰ ਚੈੱਕ ਕਰਿਓ, ਹੁਣ ਆਪਾਂ ਚੱਲਦੇ ਹਾਂ ਅੱਗੇ ਨੂੰ, ਟਾਈਮ ਹੋ ਗਿਆ। ਸਾਹਮਣੇ ਵਾਲੇ ਪਾਸੇ ਨਾ ਕੁਛ ਰੂਲ ਐਂਡ ਰੈਗੂਲੇਸ਼ਨ ਲਿਖੇ ਨੇ, ਅਤੇ ਆਦਿਵਾਸੀਆਂ ਲਈ ਇਹ ਲਿਖਿਆ ਵੀ ਲਾਈਨ 'ਚ ਜਾਓ, ਅਤੇ ਸਪੀਡ ਨਹੀਂ ਕਰਨੀ 40 ਤੋਂ ਉੱਪਰ, ਅਤੇ ਉਹਨਾਂ ਨਾਲ ਜਰਵਾ ਜਿਹੜੇ ਟ੍ਰਾਈਬਲ ਦੇ ਲੋਕ ਨੇ ਉਹਨਾਂ ਨਾਲ ਤੁਸੀਂ ਮਿਲਣਾ ਜੁਲਣਾ ਨਹੀਂ ਹੈਗਾ, ਉਹਨਾਂ ਨੂੰ ਕੁਛ ਦੇਣਾ ਨਹੀਂ ਹੈਗਾ, ਉਹਨਾਂ ਨੂੰ ਬਿਠਾਉਣਾ ਨਹੀਂ ਹੈਗਾ, ਫੋਟੋਗ੍ਰਾਫੀ ਵੀਡੀਓਗ੍ਰਾਫੀ ਨਹੀਂ ਕਰਨੀ, ਅਤੇ ਕੁਛ ਵੀ ਸਮਾਨ ਸਿੱਟਣਾ ਨਹੀਂ ਹੈਗਾ। ਲਓ ਬਈ, ਪੁਲਿਸ ਨੇ ਬੇਨਤੀ ਬੋਲਤੀ, ਅਤੇ ਸਾਡਾ ਟਾਈਮ ਹੋਇਆ ਨਿਕਲਣ ਦਾ, ਅਸੀਂ ਇੱਥੋਂ ਹੁਣ ਬੈਠਣ ਲੱਗੇ ਆਪਣੀ ਕਾਰ 'ਚ ਸਾਰੇ ਜਾਣੇ।
जे ਤੁਸੀਂ ਕਾਰ ਵਗੈਰਾ ਤੇ ਨਹੀਂ ਜਾਣਾ ਨਾ ਜਿਵੇਂ ਅਸੀਂ ਤਾਂ ਕਾਰ ਲੈ ਕੇ ਜਾ ਰਹੇ ਹਾਂ ਤਾਂ ਬੱਸਾਂ ਵੀ ਚੱਲਦੀਆਂ ਪੋਰਟ ਬਲੇਅਰ ਤੋਂ ਡਿਗਲੀਪੁਰ ਵਾਲੀ ਬੱਸ ਲੈਣੀ ਹੈ ਤੁਸੀਂ ਤੇ ਇਹ ਬੱਸ ਸਿੱਧੀ ਤੁਹਾਨੂੰ ਇਸ ਇਲਾਕੇ 'ਚੋਂ ਜਿਹੜਾ ਇਹ ਕਬੀਲਿਆਂ ਦਾ ਜਰਵਾਹ ਦਾ ਇਲਾਕਾ ਇੱਥੋਂ ਦੀ ਲੰਘਾਊਗੀ ਅਤੇ ਅੱਗੇ ਤੁਸੀਂ ਬਾਰਾ ਤਾਂਗ ਵਗੈਰਾ ਜਿਹੜੀਆਂ ਲਾਈਮ ਸਟੋਨ ਕੇਵਸ ਨੇਗੀਆਂ ਅਤੇ ਉਹ ਦੇਖਣ ਬੱਸ 'ਤੇ ਵੀ ਜਾ ਸਕਦੇ ਕੁਛ ਖਾਣ ਪੀਣਾ ਜਾਂ ਬਾਥਰੂਮ ਜਾਣਾ ਮਤਲਬ ਟੋਟਲੀ ਤੁਸੀਂ ਇੱਥੇ ਹੀ ਕਰ ਸਕਦੇ ਹੋ ਇਸ ਤੋਂ ਬਾਅਦ 'ਚ ਡੇਢ ਘੰਟਾ ਕੋਈ ਸਟੋਪੇਜ ਨਹੀਂ ਹੋਊਗਾ ਗੱਡੀ ਦਾ ਤੁਹਾਨੂੰ ਜਿਹੜੀ ਵੀ ਐਮਰਜੈਂਸੀ ਹੈ ਉਹ ਤੁਸੀਂ ਇੱਥੇ ਹੀ ਕਰ ਸਕਦੇ ਹੋ ਇਸ ਤੋਂ ਬਾਅਦ 'ਚ ਜਦੋਂ ਜਮ੍ਹਾਂ ਪਾਰ ਕਰ ਗਏ ਸਾਰਾ ਇਲਾਕਾ ਉਦੋਂ ਕਾਰ ਰੁਕੀ ਜਾਊ ਜਦੋਂ ਅਸੀਂ ਸਵੇਰੇ ਸਵੇਰੇ ਆ ਕੇ ਖੜ੍ਹੇ ਸੀ ਨਾ ਅਤੇ ਸਾਡੀ ਗੱਡੀ ਮਤਲਬ ਲਾਸਟ 'ਤੇ ਲਾਈ ਸੀ ਅਸੀਂ ਓਬਵੀਅਸਲੀ ਹੁਣ ਦੇਖੋ ਕਿੱਡੀ ਵੱਡੀ ਲੰਬੀ ਲਾਈਨ ਆ ਅਤੇ ਉਹ ਜਿੱਥੇ ਤੱਕ ਨਿਗਾਹ ਜਾਂਦੀ ਨਾ ਪਿੱਛੇ ਸੜਕ 'ਤੇ ਅਤੇ ਸਾਰੀ ਲਾਈਨ ਲੱਗ ਗਈ ਯਾਰ ਅਤੇ ਇਸ ਕਰਕੇ ਜਿੰਨਾ ਇੱਥੇ ਜਲਦੀ ਆਓ ਤਾਂ ਜ਼ਿਆਦਾ ਵਧੀਆ ਰਹੂਗਾ ਅਤੇ ਬਾਕੀ ਦੇਖਦੇ ਹਾਂ ਹੁਣ ਅੱਗੇ ਦਾ ਸਫ਼ਰ ਉਹ ਮੈਂ ਅੱਖੀਂ ਦੇਖਣਾ ਉਹ ਪੁਲਿਸ ਦੀ ਗੱਡੀ ਆ ਗਈ ਉਹ ਮੂਹਰੇ ਲੱਗੂਗੀ ਜਾ ਕੇ ਉਹ ਜਾਂਦੀ ਆ ਲਓ ਜੀ ਆਪਾਂ ਹੁਣ ਲੱਗੇ ਹਾਂ ਗੇਟ ਐਂਟਰ ਹੋਣ ਅਤੇ ਡੇਢ ਘੰਟੇ ਬਾਅਦ ਹੁਣ ਆਪਾਂ ਮਿਲਾਂਗੇ ਅਤੇ ਜਦੋਂ ਇਹ ਕਬਾਇਲੀ ਏਰੀਆ ਲੰਘਾਂਗੇ ਸੋ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਅਤੇ ਅਸੀਂ ਹੁਣ ਪਹੁੰਚ ਗਏ ਬੋਟ ਜੈਟੀ ਦੇ ਕਿਨਾਰੇ ਜਿਹੜਾ ਰਸਤਾ ਸੀਗਾ ਉਹ ਬਹੁਤ ਸੋਹਣਾ ਸੀਗਾ ਯਾਰ ਅਤੇ ਮੈਂ ਮਤਲਬ ਉਹਨੂੰ ਐਕਸਪਲ ਅੱਖੀਂ ਦੇਖ ਲਿਆ ਬਟ ਤੁਹਾਨੂੰ ਦਿਖਾ ਨਹੀਂ ਸਕਿਆ ਰਸਤੇ ਸਾਨੂੰ ਜਿਹੜੇ ਉੱਥੋਂ ਦੀ ਕਮਿਊਨਿਟੀ ਦੇ ਕੁਛ ਲੋਕ ਸੀਗੇ ਅਤੇ ਉਹ ਵੀ ਦੇਖੇ ਆ ਅਤੇ ਤੀਰ ਸੀ ਉਹਨਾਂ ਦੇ ਹੱਥਾਂ 'ਚ ਅਤੇ ਨਾਲ ਉਹ ਜਿਹੜਾ ਕਮਾਨ ਫੜਿਆ ਹੁੰਦਾ ਆਪਣਾ ਅਤੇ ਵੈਸੇ ਕੱਪੜੇ ਕੁੱਪੜੇ ਅੱਜ ਕੱਲ੍ਹ ਉਹ ਪਾ ਕੇ ਰੱਖਦੇ ਆ ਥੱਲੇ ਇਕੱਲਾ ਪਾਇਆ ਹੋਇਆ ਸੀਗਾ ਮਤਲਬ ਜਿਵੇਂ ਆਪਾਂ ਚੈੱਕ ਜੇ ਵਾਲਾ ਉਹਨਾਂ ਨੂੰ ਕੁਛ ਧੋਤੀ ਐਵੇਂ ਸੇ ਕੁਛ ਪਾ ਕੇ ਰੱਖਿਆ ਹੋਇਆ ਸੀ ਉਹਨਾਂ ਨੇ ਬਟ ਉੱਪਰ ਕੁਛ ਨਹੀਂ ਪਾਇਆ ਹੋਇਆ ਸੀਗਾ ਅਤੇ ਕਹਿੰਦੇ ਆ ਮਤਲਬ ਉਹ ਲੋਕ ਇਹ ਜੰਗਲ ਤੋਂ ਬਾਹਰ ਹੀ ਨਹੀਂ ਆਉਂਦੇ ਕੋਈ ਉਹਨਾਂ ਦੇ ਘਰ ਨਹੀਂ ਦੇਖਿਆ ਉਹ ਕੁਛ ਨਹੀਂ ਦੇਖਿਆ ਕਿਉਂਕਿ ਉਹ ਡੀਪ ਜੰਗਲ ਦੇ ਵਿੱਚ ਸੀ ਸਾਰਾ ਕੁਛ ਇਹ ਦੂਜੇ ਪਾਸੇ ਆ ਕੇ ਨਾ ਕੁਛ ਸ਼ੌਪ 'ਤੇ ਇਹਨਾਂ ਨੇ ਡੈਮੋ ਰੱਖੇ ਹੋਏ ਆ ਜਰਵਾਹ ਲੋਕਾਂ ਦੇ ਅਤੇ ਅਸੀਂ ਬਿਲਕੁਲ ਆ ਸੇਮ ਜਿਵੇਂ ਤੁਸੀਂ ਦੇਖ ਰਹੇ ਹੋ ਨਾ ਬਸ ਇਹੀ ਮੈਂ ਓਰੀਜਨਲ 'ਚ ਦੇਖਿਆ ਅਤੇ ਇਹਨਾਂ ਨੇ ਇਹ ਮਤਲਬ ਲੱਕੜ ਦੇ ਜਾਂ ਪਲਾਸਟਿਕ ਦੇ ਬਣਾਏ ਹੋਏ ਆ ਇਹੀ ਚੀਜ਼ਾਂ ਬਸ ਅਸੀਂ ਮੈਂ ਦੇਖੀਆਂ ਦੋ ਲੋਕ ਮੈਨੂੰ ਦਿਖੇ ਸੀਗੇ ਜਿਹੜੇ ਜਰਵਾਹੇ ਸੀਗੇ ਇਹ ਲੋਕ ਨਾ ਅੱਜ ਵੀ ਐਵੇਂ ਰਹਿੰਦੇ ਇਸੇ ਲਾਈਫ ਸਟਾਈਲ 'ਚ ਕਾਰ ਇੱਥੇ ਆਪਣੀ ਪਾਰਕ ਹੋ ਗਈ ਜਿੱਥੇ ਟ੍ਰਾਈਬਲ ਏਰੀਆ ਖਤਮ ਹੁੰਦਾ ਹੈਗਾ ਅਤੇ ਇਸ ਤੋਂ ਅੱਗੇ ਹੁਣ ਪੁਲ ਬਣਿਆ ਹੋਇਆ ਨਹੀਂ ਹੈਗਾ ਅਤੇ ਸਾਰੀਆਂ ਗੱਡੀਆਂ ਸਮੁੰਦਰੀ ਕਿਸ਼ਤੀ ਰਾਹੀਂ ਜਾਂ ਜਹਾਜ਼ ਰਾਹੀਂ ਅੱਗੇ ਜਾਂਦੀਆਂ ਹੈਗੀਆਂ ਅਤੇ ਅਸੀਂ ਵੀ ਹੁਣ ਸਮੁੰਦਰੀ ਜਹਾਜ਼ ਰਾਹੀਂ ਅੱਗੇ ਜਾਵਾਂਗੇ ਇਹ ਨੇ ਇੱਥੋਂ ਦੀਆਂ ਪੁਲਿਸ ਦੀਆਂ ਗੱਡੀਆਂ ਜਿਹੜੀ ਆਮ ਆਲੇ ਦੁਆਲੇ ਰਹਿੰਦੀ ਹੈਗੀ ਜਦੋਂ ਆਪਾਂ ਇਹ ਪਾਰ ਕਰਨਾ ਹੁੰਦਾ ਸਾਰਾ ਏਰੀਆ ਇਹੋ ਜਿਹੀਆਂ ਇਹ ਗੱਡੀਆਂ ਆਲੇ ਦੁਆਲੇ ਅੱਗੇ ਪਿੱਛੇ ਲੱਗ ਕੇ ਚੱਲਦੀਆਂ ਨੇ ਇਹ ਕਿਸ਼ਤੀ ਇੱਥੇ ਘੱਟ ਹੀ ਚੱਲਦੀਆਂ ਅਤੇ ਫਟਾਫਟ ਫਿਰ ਕਿਸ਼ਤੀ ਲੈਣੀ ਪੈਂਦੀ ਆ ਓਕੇ ਇਹਦੇ ਸ਼ਿਪ ਦੇ ਵਿੱਚ ਹੀ ਨਾ ਇੱਥੇ ਕਾਰਾਂ ਕੂਰਾਂ ਅਤੇ ਵਿੱਚ ਲੱਦ ਲੈਂਦੇ ਨੇ ਅਤੇ ਲੋਕ ਸਾਰਾ ਕੁਛ ਐਂ ਪਾਰ ਕਰਾਉਣਾ ਪੈਂਦਾ ਗਾ ਅਤੇ ਇਹ ਦੇਖੋ ਸਾਰਾ ਕੁਛ ਐਵੇਂ ਇੱਥੋਂ ਦੀ ਕਾਰ ਚੜ੍ਹ ਜਾਂਦੀ ਹੈ ਪੋਰਟ ਇੱਧਰਲੇ ਪਾਸੇ ਰਹਿ ਗਿਆ ਹੁਣ ਇੱਥੇ ਸੜਕ ਖਤਮ ਹੋ ਜਾਂਦੀ ਹੈ ਬਸ ਆ ਕੇ ਇੱਧਰਲੇ ਪਾਸੇ ਰਹਿ ਗਿਆ ਜਿੰਨਾ ਇਹ ਟ੍ਰਾਈਬਲ ਏਰੀਆ ਦਾ ਸੀਗਾ ਸਾਰਾ ਹੁਣ ਅਸੀਂ ਆ ਗਏ ਅਤੇ ਇੱਧਰਲੇ ਪਾਸੇ ਹੁਣ ਉਹ ਆਈਲੈਂਡ 'ਤੇ ਜਾ ਰਹੇ ਹਾਂ ਆਪਾਂ ਅਤੇ ਇੱਧਰ ਸਾਰੀ ਵੀਡੀਓਗ੍ਰਾਫੀ ਅਲਾਊਡ ਆ ਸਾਰਾ ਕੁਛ ਕਰ ਸਕਦੇ ਹਾਂ ਅਤੇ ਜਿਹੜਾ ਜਰਵਾਹਾਂ ਦਾ ਸੀਗਾ ਆ ਰਹਿ ਗਿਆ ਅਤੇ ਪੁਲਿਸ ਵੀ ਐਂ ਆਲੇ ਦੁਆਲੇ ਦੀ ਗੇੜੇ ਕੱਢਦੀ ਰਹਿੰਦੀ ਵੀ ਕੋਈ ਸਮੁੰਦਰ ਰਾਹੀਂ ਜਾਂ ਹੋਰ ਇਹ ਟਾਪੂ 'ਤੇ ਇਹਨਾਂ ਦੇ 'ਤੇ ਨਾ ਜਾਵੇ ਹੈ ਨਾ ਉਹ ਪੁਲਿਸ ਦੀ ਬੋਟ ਜਾਂਦੀ ਹੈਗੀ ਇਹ ਜਾਂਦਾ ਗਾ ਦੂਸਰਾ ਸਮੁੰਦਰੀ ਜਹਾਜ਼ ਅਤੇ ਸਾਰੇ ਆਈਲੈਂਡਾਂ ਨੂੰ ਇੱਥੇ ਸਮੁੰਦਰੀ ਜਹਾਜ਼ਾਂ ਰਾਹੀਂ ਪਾਰ ਕਰਨਾ ਪੈਂਦਾ ਭਾਵੇਂ ਤੁਹਾਡੇ ਕੋਲ ਕਾਰ ਹੈ ਕੁਛ ਵੀ ਇੱਥੇ ਪੁਲ ਪਲ ਬਣੇ ਨਹੀਂ ਇੰਨੀ ਡਿਵੈਲਪਮੈਂਟ ਅਜੇ ਇਹ ਏਰੀਏ 'ਚ ਹੈ ਨਹੀਂ ਇਹਦਾ ਕਾਰਨ ਇਹ ਡਿਵੈਲਪਮੈਂਟ ਨਾ ਹੋਣ ਦਾ ਕਿਉਂਕਿ ਇਹ ਲੋਕ ਕਰ ਨਹੀਂ ਦਿੰਦੇ ਮਤਲਬ ਇਹ ਲੋਕ ਓਬਜੈਕਸ਼ਨ ਕਰਦੇ ਹੈ ਜਿਹੜੇ ਤੁਹਾਡੇ ਟ੍ਰਾਈਬਲ ਹੈ ਨਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਗਾ ਹਾਂ ਅਤੇ ਇਹ ਸਾਹਮਣੇ ਜਹਾਜ਼ ਜਾਂਦਾ ਗਾ ਇਹ 'ਚ ਵੀ ਕਾਰਾਂ ਟਰੱਕ ਖੜ੍ਹਾ ਉਹਦੇ ਕਾਰਾਂ ਖੜ੍ਹੀਆਂ ਸਾਰਿਆਂ ਨੂੰ ਇੱਥੋਂ ਦੀ ਪਾਰ ਕਰਨਾ ਪੈਂਦਾ ਆਉਣ ਵਾਲੇ ਟਾਈਮ 'ਚ ਕਹਿੰਦੇ ਆ ਵੀ ਸਰਕਾਰ ਇੱਥੋਂ ਦੀ ਪੁਲ ਬਣਾਉਣ ਦੀ ਯੋਜਨਾ ਕਰ ਰਹੀ ਹੈ ਵੀ ਇਹਦੇ ਉੱਤੋਂ ਦੀ ਪੁਲ ਬਣ ਜੂਗਾ ਸਾਰੇ ਏਰੀਏ ਤੋਂ ਅਤੇ ਪੁਲਿਸ ਵਗੈਰਾ ਸਾਡੇ ਨਾਲ ਰਹਿੰਦੀ ਹੁਣ ਵੀ ਸਾਡੇ ਨਾਲ ਹੈ ਪੁਲਿਸ ਅਤੇ ਫਿਰ ਸਾਰੀ ਸਿਕਿਉਰਿਟੀ ਸੇਫਟੀ ਨਾਲ ਫਿਰ ਲੰਘਣ ਦਿੰਦੇ ਹੈਗੇ ਆਹ ਤਿੰਨ ਗੱਡੀਆਂ ਤਾਂ ਖੜੀਆਂ ਸਾਡੀਆਂ ਉਹ ਅੱਗੇ ਇੱਕ ਪੁਲਿਸ ਦੀ ਗੱਡੀ ਵੀ ਖੜੀ ਉਹ ਖੜੀ ਅੱਗੇ ਲਓ ਜੀ ਵੈਲਕਮ ਟੂ ਬਾਰਾ ਟਾਂਗ ਬਾਰਾ ਟਾਂਗ ਮੈਂ ਆਪਕਾ ਸਵਾਗਤ ਹੈ ਅਤੇ ਮੈਂ ਯਾਰ ਨਾ ਇੰਨੀ ਪੁਲਿਸ ਪੂਰੇ ਅੰਡੇਮਾਨ 'ਚ ਨਹੀਂ ਦੇਖੀ ਜਿੰਨੀ ਇੱਥੇ ਆ ਗਿਆ ਆਹ ਏਰੀਏ ਜਾ ਕੇ ਦੇਖ ਲਈ ਅਤੇ ਅਸੀਂ ਹੁਣ ਜਾਣਾ ਪਹਿਲਾਂ ਕੇਵਸ ਦੇਖਣ ਉਹਦੇ ਲਈ ਬੋਟ ਬੁੱਕ ਕਰਨੀ ਪੈਣੀ ਹੈ ਅਤੇ ਉਸ ਤੋਂ ਬਾਅਦ ਫਿਰ ਆਪਾਂ ਇੱਕ ਹੋਰ ਚੀਜ਼ ਆ ਇੱਥੇ ਤੁਹਾਨੂੰ ਉਹ ਦਿਖਾਉਣੀ ਹੈ ਅਤੇ ਇੱਧਰਲੇ ਪਾਸੇ ਦੀ ਦੁਨੀਆ ਉਹ ਰੋਡ ਨਾਲੋਂ ਇਹ ਮਤਲਬ ਅੰਡੇਮਾਨ 'ਚ ਨਾ ਬਹੁਤ ਸਾਰੇ ਏਰੀਏ
ਇਹੋ ਜਿਹਾ ਜਿੱਥੇ ਅਜੇ ਵੀ ਸੜਕਾਂ ਸੁੜਕਾਂ ਬਣੀਆਂ ਨਹੀਂ ਹੈਗੀਆਂ ਅਤੇ ਡਿਸਕਨੈਕਟ ਹੈ, ਤੁਹਾਨੂੰ ਵੱਖੋ ਵੱਖਰੇ ਮਤਲਬ ਐਂ ਆਈਲੈਂਡਾਂ ਤੋਂ ਸ਼ਿਪ ਲੈ ਕੇ ਇੱਧਰ ਉੱਧਰ ਪਾਰ ਕਰਨਾ ਪੈਂਦਾ ਹੈਗਾ। ਜੇ ਤੁਸੀਂ ਬਾਏ ਸੈਲਫ ਆਉਂਗੇ ਇਸ ਏਰੀਏ 'ਚ ਤਾਂ ਤੁਹਾਨੂੰ ਇੱਥੇ ਅੱਗੇ ਬੋਟ ਦੀ ਟਿਕਟ ਲੈਣੀ ਪੈਣੀ ਹੈ। ਅਸੀਂ ਅੱਜ ਟਰੈਵਲ ਕਰ ਰਹੇ ਹਾਂ ਐਕਸਪੀਰੀਅੰਸ ਅੰਡਾਮਾਨ ਨਾਲ, ਇਹਨਾਂ ਦੀ ਮਤਲਬ ਕੰਪਨੀ ਨਾਲ, ਇਹ ਸਾਡੇ ਲਈ ਸਾਰਾ ਕੁਛ ਆਪ ਕਰ ਰਹੇ ਨੇ ਅਤੇ ਇੱਥੋਂ ਇਹਨਾਂ ਨੇ ਟਿਕਟ ਲੈਣੀ ਹੈ ਬੋਟ ਦੀ। ਹੁਣ ਬੋਟ ਹਾਇਰ ਕਰਕੇ ਦੇਣੀ ਹੈ ਅਤੇ ਬੋਟ 'ਚ ਆਪਾਂ ਅੱਗੇ ਜਾਣਾ ਲਾਈਮਸਟੋਨ ਕੇਵਸ ਦੇ ਵੱਲ। ਆ ਕੇ ਆਪਾਂ ਇੱਥੋਂ ਕੋਈ ਗੱਡੀ ਹਾਇਰ ਕਰਨੀ ਹੈ, ਉਹ ਵੀ ਇਹਨਾਂ ਨੇ ਕਰਕੇ ਦੇਣੀ ਹੈ। ਫਿਰ ਆਪਾਂ ਇੱਕ ਮੱਡ ਵੋਲਕਿਨੋ, ਜਿਹੜਾ ਤੁਹਾਨੂੰ ਮੈਂ ਕਿਹਾ ਸੀ, ਇੱਕ ਹੋਰ ਚੀਜ਼ ਆ, ਉਹ ਥੱਲੋਂ ਮਿੱਟੀ ਨਿਕਲਦੀ ਹੈ ਅਤੇ ਉੱਬਲ ਉੱਬਲ ਜਿਵੇਂ ਨਾ ਆਪਣੇ ਪਾਣੀ ਜਾਂ ਉੱਬਲਦਾ ਹੁੰਦਾ ਕੁਛ, ਉਵੇਂ ਉਹ ਚੀਜ਼ ਦਿਖਾ ਕੇ ਲਿਆਵਾਂਗੇ। ਹੁਣ ਅਸੀਂ ਕੁਛ ਲੈਣ ਲੱਗੇ ਇੱਥੇ ਖਾਣ ਪੀਣ ਨੂੰ ਅਤੇ ਫਿਰ ਆਪਾਂ ਅੱਗੇ ਜਾਣਾ ਗਾ। ਖੁਸ਼ੀ ਜੂਸ ਲੈ ਲਿਓ ਐਪਲ ਵਾਲਾ ਵੱਡਾ, ਹਾਂ ਓਕੇ ਆ। ਅਤੇ ਇੱਕ ਗੱਲ ਹੋਰ ਦੇਖੋ ਯਾਰ, ਜਿਵੇਂ ਉੱਥੇ ਅਤੇ ਇੱਥੇ ਦਾ ਕਿੰਨਾ ਕੁ ਫਰਕ ਹੈ। ਜਿਹੜੇ ਉਹ ਟਾਪੂ ਨੇ ਦੇਖ ਲਓ, ਉੱਥੇ ਉਹ ਲੋਕ ਰਹਿੰਦੇ ਨੇ, ਇੱਥੇ ਇਹ ਲੋਕ ਰਹਿੰਦੇ ਨੇ। ਉਹਨਾਂ ਲੋਕਾਂ ਨੇ ਕਦੇ ਇੱਧਰ ਆਉਣ ਦੀਆਂ ਕੋਸ਼ਿਸ਼ ਹੀ ਨਹੀਂ ਕੀਤੀ ਵੀ ਅਸੀਂ ਐਂ ਡਿਵੈਲਪ ਹੋ ਜਾਈਏ, ਹੈ ਨਾ, ਵੀ ਸਾਨੂੰ ਵੀ ਉਹੋ ਜਿਹਾ ਜੀਵਨ ਚਾਹੀਦਾ, ਜਾਂ ਉਹ ਲੋਕ ਕੀ ਕਰਦੇ ਨੇ ਇੱਥੇ, ਆਪਾਂ ਕਿੰਨਾ ਕੁਛ ਖਾਂਦੇ ਪੀਂਦੇ ਹਾਂ, ਕਿਵੇਂ ਆਪਣੀ ਜ਼ਿੰਦਗੀ ਹੈ। ਉਹਨਾਂ ਨੂੰ ਕੋਈ ਮਤਲਬ ਨਹੀਂ ਉਹਨਾਂ ਲੋਕਾਂ ਨੂੰ, ਉਹ ਬਸ ਉਹ ਜੰਗਲ ਦੇ ਉੱਥੇ ਹੀ ਰਹਿੰਦੇ ਨੇ, ਪਰਾਲੇ ਪਾਸੇ ਰਹਿੰਦੇ ਆ, ਇੱਥੇ ਨਹੀਂ ਆਉਂਦੇ, ਨਾ ਹੀ ਆਉਣ ਦੀ ਉਹਨਾਂ ਨੇ ਕਦੇ ਕੋਸ਼ਿਸ਼ ਕੀਤੀ ਹੈ। ਵਧੀਆ ਜ਼ਿੰਦਗੀ ਆ ਆਪਦੀ, ਚੱਲੀ ਜਾਂਦੀ ਆ। ਸਰਕਾਰ ਇਹਨਾਂ ਦੀ ਦੇਖਭਾਲ ਤਾਂ ਕਰ ਰਹੀ ਹੈ ਕਿਉਂਕਿ ਸਰਕਾਰ ਨੇ ਮਤਲਬ ਇਹਨਾਂ ਨਾਲ ਇੱਕ ਸਮਝੌਤਾ ਕੀਤਾ ਹੋਇਆ ਕਿ ਇਹਨਾਂ ਦੇ ਏਰੀਏ ਵਿੱਚੋਂ ਦੀ ਸੜਕ ਲੰਘੀ ਹੈ ਅਤੇ ਸਰਕਾਰ ਮਤਲਬ ਸਰਕਾਰ ਨੇ ਸਹੂਲਤ ਦੇਣੀ ਆ ਅਕਸਰ ਆਮ ਲੋਕਾਂ ਨੂੰ, ਹੈ ਨਾ। ਜਦੋਂ ਸ਼ੁਰੂ 'ਚ ਇੱਥੇ ਸੜਕ ਬਣਨੀ ਸੀਗੀ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਪ੍ਰੋਟੈਸਟ ਮਤਲਬ ਵਿਰੋਧ ਕੀਤਾ ਸੀਗਾ ਅਤੇ ਸਾਰਾ ਕੁਛ ਪੱਟ ਦਿੰਦੇ ਸੀ, ਜਿੰਨਾ ਸੜਕਾਂ ਸੁੜਕਾਂ ਜੋ ਦਿਨੇ ਬਣਾਉਂਦੇ ਰਾਤ ਨੂੰ ਪੱਟ ਜਾਂਦੇ, ਜਾਂ ਜਿਹੜੇ ਇੱਕ ਦੋ ਬੰਦੇ ਵੀ ਮਤਲਬ ਮਾਰੇ ਮੂਰੇ ਹੈਗੇ। ਅਤੇ ਦੂਜੀ ਗੱਲ, ਇਹਨਾਂ ਵਾਸਤੇ ਕਾਨੂੰਨ ਕੁਛ ਨਹੀਂ ਹੈਗਾ ਅਤੇ ਇਹ ਭਾਵੇਂ ਮਰਡਰ ਵੀ ਕਰ ਦੇਣ, ਕੋਈ ਗਿਣਤੀ ਮਿਣਤੀ 'ਚ ਨਹੀਂ ਆਉਂਦਾ। ਗਲਤੀ ਆਪਣੀ ਮੰਨੀ ਜਾਊ ਕਿ ਤੁਸੀਂ ਕਿਉਂ ਖੜ੍ਹੇ ਇਹ ਏਰੀਏ ਦੇ ਵਿੱਚ। ਰਸਤੇ 'ਚ ਇੱਕ ਦੋ ਗੱਲਾਂ ਸਾਨੂੰ ਡਰਾਈਵਰ ਨੇ ਹੋਰ ਦੱਸੀਆਂ ਕਿ ਜਿਹੜਾ ਇਹ ਏਰੀਆ, ਇਹਨਾਂ ਨੂੰ ਰੁਪਈਆਂ ਨਾਲ ਕੁਛ ਨਹੀਂ, ਸੋਨੇ ਨਾਲ ਕੁਛ ਨਹੀਂ, ਜੇ ਤੁਹਾਡੇ ਕੁਛ ਪਾਇਆ ਮਤਲਬ ਲੁੱਟ ਪੱਟ ਕਰ ਵੀ ਲੈਂਦੇ ਆ, ਇਹਨਾਂ ਨੂੰ ਕੋਈ ਮਤਲਬ ਨਹੀਂ ਤੁਹਾਡੇ ਕੋਲ ਕਿੰਨਾ ਪੈਸਾ। ਇਹਨਾਂ ਨੇ ਬਸ ਜਿਹੜੀ ਚੀਜ਼ ਹੈ ਇਹਨਾਂ ਨੂੰ ਜਾਂਦਾ ਹੈ, ਤੁਹਾਡੇ ਤੋਂ ਪਾਣੀ ਵਗੈਰਾ ਖੋਹ ਲੈਂਦੇ ਆ ਜਾਂ ਫਿਰ ਖਾਣ ਪੀਣ ਦੀਆਂ ਚੀਜ਼ਾਂ ਖੋਹ ਲੈਂਦੇ, ਕਿਉਂਕਿ ਪ੍ਰੋਪਰਲੀ ਟ੍ਰਾਈਬਲ ਏਰੀਏ ਨੇ, ਮਤਲਬ ਉਵੇਂ ਉਹੀ ਲਾਈਫ ਸਟਾਈਲ, ਉਹੀ ਜ਼ਿੰਦਗੀ ਹੈ। ਸ਼ਹਿਰ ਇਹ ਕਦੇ ਜਾਂਦੇ ਨਹੀਂ ਹੈਗੇ, ਅਤੇ ਵੱਧ ਤੋਂ ਵੱਧ ਸ਼ਹਿਰ ਉਦੋਂ ਜਾਂਦੇ ਹੈ ਜਦੋਂ ਇਹ ਬਿਮਾਰ ਹੋ ਜਾਂਦੇ ਆ, ਅਤੇ ਉਦੋਂ ਵੀ ਇਹਨਾਂ ਨੂੰ ਸਰਕਾਰੀ ਗੱਡੀ ਹੈ ਜਿਹੜੀ ਸਰਕਾਰ ਦੀ ਮਤਲਬ ਗੌਰਮੈਂਟ ਅਫੀਸ਼ੀਅਲ ਬੋਡੀ ਇਹਨਾਂ ਨੂੰ ਲੈ ਕੇ ਜਾਂਦੀ ਆ ਆਪ ਨਾਲ, ਉੱਥੇ ਸ਼ਹਿਰ 'ਚ ਰੱਖਦੇ ਆ। ਅਲੱਗ ਇਹਨਾਂ ਦਾ ਹੋਸਪਿਟਲ ਬਣਿਆ ਹੋਇਆ ਅਤੇ ਉੱਥੇ ਹੀ ਰਹਿੰਦੇ, ਜਦੋਂ ਇਲਾਜ ਹੋ ਜਾਂਦਾ ਵਾਪਸ ਆ ਜਾਂਦੇ। ਉਸ ਤੋਂ ਬਿਨਾਂ ਜਿੰਨੇ ਟੋਟਲ ਰੀਤੀ ਰਿਵਾਜ਼ ਨੇ ਇੱਥੋਂ ਦੇ, ਮਤਲਬ ਜਿਹੜੇ ਕੁਛ ਵੀ ਇਹਨਾਂ ਦਾ ਜਨਮ ਤੋਂ ਲੈ ਕੇ ਮਰਨ ਤੱਕ, ਉਹ ਇਹੀ ਜੰਗਲ 'ਚ ਹੁੰਦਾ, ਆਪਸ 'ਚ ਹੀ ਕਰਦੇ ਆ, ਇੱਥੇ ਹੀ ਖਾਣ ਪੀਣ ਹੈ, ਇੱਥੇ ਹੀ ਰਹਿਣ ਸਹਿਣ ਹੈ, ਇਹ ਜੰਗਲ ਤੋਂ ਬਾਹਰ ਨਹੀਂ ਜਾਂਦੇ।